ਅੱਧਾ ਕਿਲੋ ਮੈਂ ਵਿੰਗਸ ਬਣਾ ਰਹੀ ਹਾਂ, ਇਹਦੇ 'ਚ ਮਸਾਲੇ ਪਾ ਕੇ ਤੁਹਾਨੂੰ ਖਾਣੀ ਆ। ਬੇਟਾ ਇੱਕ ਚਮਚ ਮੈਂ ਵਿੱਚ ਲਸਣ ਪਾਤਾ, ਹੁਣ ਮੈਂ ਪਾਵਾਂਗੀ ਅਦਰਕ ਅੱਧਾ ਚਮਚ। ਇਹਦੇ ਥੋੜ੍ਹੀਆਂ ਚੀਜ਼ਾਂ ਪਾਵਾਂਗੇ, ਇੱਕ ਚਮਚ ਮਿਰਚ ਪਾਵਾਂਗੇ, ਹਲਦੀ ਪਾਵਾਂਗੇ, ਨਮਕ ਪਾਵਾਂਗੇ, ਬਸ ਇਹਨੂੰ ਮਿਕਸ ਕਰਕੇ ਰੱਖ ਦਾਂਗੇ। ਫਿਰ ਜਦੋਂ ਪਕਾਵਾਂਗੀ, ਫਰਾਈ ਕਰਾਂਗੇ, ਫਿਰ ਤੁਹਾਨੂੰ ਖਾਵਾਂਗੇ। ਮਿਕਸ ਕਰ ਲਵਾਂਗੇ ਜੀ, ਮੈਂ ਮਸਾਲਾ ਲਾਤਾ, ਹੁਣ ਫਰਿੱਜ 'ਚ ਰੱਖ ਦਾਂਗੇ। ਜਦੋਂ ਪਕਾਵਾਂਗੀ ਵਿੰਗਸ, ਫਰਾਈ ਕਰਾਂਗੀ, ਫਿਰ ਤੁਹਾਨੂੰ ਖਾਵਾਂਗੇ। ਦੱਸ ਜੀ ਬੇਟਾ ਜੀ, ਅਸੀਂ ਚਿਕਨ ਵਿੰਗਸ ਫਰਾਈ ਕਰਕੇ ਤੁਹਾਨੂੰ ਖਾਂਦੇ ਹਾਂ, ਠੀਕ ਹੈ। ਦੇਖੋ ਮੈਂ ਉਲਟਾਇਆ ਵਿੰਗਸ, ਬਹੁਤ ਅੱਛਾ ਬਣਿਆ, ਦੋ ਮਿੰਟ ਹੋਰ ਹਾਲੇ ਮੈਂ ਫਰਾਈ ਕਰਾਂਗੀ। ਬਿਸਮਿਲਲਾ ਬੇਟਾ ਜੀ, ਦੇਖੋ ਮਾਸ਼ਾਅੱਲਾ ਕਿੰਨਾ ਗੋਲਡਨ ਅਤੇ ਖੂਬਸੂਰਤ ਬਣ ਗਿਆ ਵਿੰਗਸ, ਮਾਸ਼ਾਅੱਲਾ। ਥੋੜ੍ਹਾ ਅਸੀਂ ਹੋਰ ਗੋਲਡਨ ਕਰਾਂਗੇ, ਫਿਰ ਡਿਸ਼ ਆਊਟ ਕਰਾਂਗੇ, ਮਾਸ਼ਾਅੱਲਾ। ਬੇਟਾ ਜੀ ਵਿੰਗਸ ਗੋਲਡਨ ਹੋ ਗਏ ਨੇ, ਹੁਣ ਮੈਂ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੀ, ਮਾਸ਼ਾਅੱਲਾ। ਬਿਸਮਿਲਲਾ ਬੇਟਾ ਜੀ, ਮੈਂ ਚਿਕਨ ਵਿੰਗਸ ਫਰਾਈ ਕੀਤੇ ਨੇ, ਤੁਸੀਂ ਵੀ ਇਸ ਤਰ੍ਹਾਂ ਕਰਨਾ, ਦੁਆਵਾਂ 'ਚ ਯਾਦ ਰੱਖਣਾ ਲਾ।